ਤਾਰਾ ਸਿੰਘ ਜੀ, ਮੁਹੰਮਦ ਰਫੀ ਸਾਹਿਬ ਦੇ ਬਾਰੇ ਤੁਸੀਂ ਕੁਝ ਦੱਸੋ। ਮੁਹੰਮਦ ਰਫੀ ਜੀ ਇੱਕ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਸਾਰੇ ਲੋਕ ਪਿਆਰ ਕਰਦੇ ਸਨ। ਉਹਨਾਂ ਨੇ ਹਰ ਵਕਤ ਮੁਸਕਰਾ ਕੇ ਗੱਲ ਕਰਨੀ ਹੈ ਅਤੇ ਲੈਣ ਦਾ ਵੀ ਮੁਸਕਰਾ ਕੇ ਗੱਲਾਂ ਕਰਕੇ ਲੈਣਾ। ਉਹਨਾਂ ਦੀ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਪਸੰਦ ਆਈ ਸੀ ਉਹ ਇਹ ਸੀ ਕਿ ਛੋਟੇ ਪ੍ਰੋਡਿਊਸਰਾਂ ਕੋਲੋਂ ਘੱਟ ਪੈਸੇ ਲਾ ਕੇ ਗਾਣਾ ਗਾ ਦਿੰਦੇ ਸਨ ਅਤੇ ਵੱਡੇ ਪ੍ਰੋਡਿਊਸਰਾਂ ਕੋਲੋਂ ਜ਼ਿਆਦਾ ਪੈਸੇ ਲੈਂਦੇ ਸਨ। ਜ਼ਿਆਦਾਤਰ ਜਿੰਨੇ ਕਲਾਕਾਰ ਉਹ ਵੱਡੀਆਂ ਫਿਲਮਾਂ ਵਿੱਚ ਘੱਟ ਪੈਸੇ ਲੈ ਕੇ ਕੰਮ ਕਰਦੇ ਨੇ ਅਤੇ ਛੋਟਿਆਂ ਕੋਲੋਂ ਜ਼ਿਆਦਾ ਪੈਸੇ ਮੰਗਦੇ ਨੇ। ਇਹ ਉਹਨਾਂ ਦੀ ਜਿਹੜੀ ਗੱਲ ਮੈਨੂੰ ਇੰਨੀ ਪਸੰਦ ਆਈ ਕਿਉਂਕਿ ਉਹ ਮੈਂ ਸਮਝਿਆ ਕਿ ਲਾਲਚੀ ਨਹੀਂ ਸਨ, ਕਲਾਕਾਰ ਸਨ ਔਰ ਕਲਾ ਨਾਲ ਪਿਆਰ ਕਰਦੇ ਸਨ। ਉਹ ਇਤਫਾਕ ਨਾਲ ਫਿਲਮਾਂ ਵਿੱਚ ਆ ਗਏ ਔਰ ਪ੍ਰੋਫੈਸ਼ਨਲ ਬਣ ਗਏ, ਲੇਕਿਨ ਉਹਨਾਂ ਵਿੱਚ ਪ੍ਰੋਫੈਸ਼ਨਲ ਵਾਲੀ ਕੋਈ ਗੱਲ ਨਹੀਂ ਸੀ। ਬੜੇ ਹੀ ਨੇਕ ਦਿਲ ਔਰ ਹਸਮੁੱਖ, ਯਾਨੀ ਕੋਈ ਵੀ ਐਸਾ ਇਨਸਾਨ ਨਹੀਂ ਹੋਗਾ ਫਿਲਮ ਇੰਡਸਟਰੀ ਵਿੱਚ ਜਿਹੜਾ ਉਹਨਾਂ ਨੂੰ ਪਿਆਰ ਨਾ ਕਰਦਾ। ਮੁਹੰਮਦ ਰਫੀ ਸਾਹਿਬ ਦੀ ਗਾਇਕੀ ਬਾਰੇ ਕੁਛ ਤੁਸੀਂ ਵਿਚਾਰ ਦੱਸੋ। ਉਹਨਾਂ ਦੀ ਗਾਇਕੀ ਤਾਂ ਹਮੇਸ਼ਾ ਉਹ ਜਿਸਨੂੰ ਜਿਹਨੂੰ ਕਹਿੰਦਾ ਅਮਰ ਰਹੇ ਜੀ, ਜਿੰਨਾ ਚਿਰ ਇੰਡਸਟਰੀ ਚੱਲਦੀ ਆ ਮੈਂ ਸਮਝਦਾ ਹਾਂ ਉਹਨਾਂ ਦਾ ਨਾਂ ਜਿਹੜਾ ਹੈ ਉਹ ਆਪਣੀ ਜਗ੍ਹਾ 'ਤੇ ਕਾਇਮ ਆ। ਉਹ ਉਸ ਜ਼ਮਾਨੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਲਤਾ ਜੀ ਔਰ ਰਫੀ, ਇਹ ਦੋ ਹਸਤੀਆਂ ਜਿਹੜੀਆਂ ਨੇ। ਬਹੁਤ ਲੋਕ ਆਏ ਉਸ ਤੋਂ ਬਾਅਦ ਆਉਣਗੇ, ਹੋਰ ਵੀ ਆਉਣਗੇ, ਪਰ ਇਹਨਾਂ ਦੋਨਾਂ ਹਸਤੀਆਂ ਦਾ ਨਾਂ ਜਿਹੜਾ ਆਪਣੀ ਜਗ੍ਹਾ ਕਾਇਮ ਰਹੇਗਾ ਜੇ ਮੈਂ ਦਾਅਵੇ ਨਾਲ ਕਹਿ ਸਕਦਾ। ਤੁਸੀਂ ਹੁਣੇ ਥੋੜ੍ਹੀ ਦੇਰ ਪਹਿਲੇ ਹੀ ਦੱਸਿਆ ਸੀ ਕਿ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਜਿਹੜੀ ਜੱਦੀ ਜਗ੍ਹਾ ਹੈ ਉੱਥੇ ਉਹਦੇ ਵਾਸਤੇ ਸਰਕਾਰ ਕੁਛ ਕਰ ਰਹੀ ਹੈ, ਅਤੇ ਆਪ ਜੀ ਜ਼ਰਾ ਵੇਰਵੇ ਨਾਲ ਦੱਸੋ। ਉਹਨਾਂ ਦੇ ਪਿੰਡ ਵਿੱਚ ਪਿੰਡ ਵਾਲਿਆਂ ਨੇ, ਪੰਚਾਇਤ ਨੇ ਇੱਕ ਜ਼ਮੀਨ ਜਿਹੜੀ ਸਾਂਝੀ ਜਨ ਜ਼ਮੀਨਾਂ ਹੁੰਦੀਆਂ ਉਹਨਾਂ ਵਿੱਚੋਂ ਰੱਖੀ ਹੋਈ ਆ ਉਹਨਾਂ ਦੀ ਸਮਾਰਕਾਂ ਬਣਾਉਣ ਵਾਸਤੇ, ਅਤੇ ਉਹਨਾਂ ਮੇਲਾ ਲੱਗਦਾ ਉੱਥੇ ਹਰ ਸਾਲ। ਮੈਨੂੰ ਵੀ ਬੁਲਾਇਆ ਸੀ ਅਤੇ ਮੈਂ ਗਿਆ ਸੀ, ਉਹਨਾਂ ਨੇ ਕਿਹਾ ਤੁਸੀਂ ਵੀ ਕੁਛ ਮਦਦ ਕਰ ਸਕਦੇ ਸਮਾਰਕਾਂ ਵਾਸਤੇ। ਤਾਂ ਮੈਂ ਕਿਹਾ ਸੀ ਕਿ ਮੈਂ ਆਪਣੀ ਐਮ ਪੀ ਨੂੰ ਜਿਹੜੀ ਫੰਡ ਮਿਲਦੀ ਆ ਡਿਵੈਲਪਮੈਂਟ ਵਾਸਤੇ, ਉਹ ਮੈਨੂੰ ਬੜੀ ਖੁਸ਼ੀ ਹੋਏਗੀ ਉਹ ਉੱਥੇ ਲਗਾਉਣ ਵਾਸਤੇ ਉਹਨਾਂ ਦੀ ਸਮਾਰਕਾਂ ਵਾਸਤੇ, ਕਿਉਂਕਿ ਯਾਦਗਾਰ ਹੈ ਮਹਾਂਪੁਰਸ਼ ਦੀ। ਜਾਗਰ ਕੇ ਸਰਸਵਤੀ ਦੀ ਬਣ ਗਏ ਸੁੱਚੇ ਮੋਤੀ, ਬਣ ਗਏ ਸੁੱਚੇ ਮੋਤੀ।